ਆਓ ਬੱਚਿਓ ਹੁਣ ਆਪਾਂ ਭੋਜਨ ਤੋਂ ਮਿਲਣ ਵਾਲੇ ਪੋਸ਼ਕ ਤੱਤਾਂ ਬਾਰੇ ਵਿਸਥਾਰ ਵਿੱਚ ਪੜੀਏ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਭੋਜਨ ਸਾਡੇ ਸਰੀਰ ਦੇ ਵਾਧੇ ਅਤੇ ਸਾਬ ਸੰਭਾਲ ਲਈ ਜ਼ਰੂਰੀ ਹੈ ਭੋਜਨ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਇਸ ਤਰ੍ਹਾਂ ਸਾਨੂੰ ਪਤਾ ਹੈ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਦੁਆਰਾ ਖਾਏ ਜਾਣ ਵਾਲੇ ਭੋਜਨ ਪਦਾਰਥ ਵੀ ਵੱਖ-ਵੱਖ ਹਨ ਕੁਝ ਲੋਕ ਚਾਵਲ ਖਾਂਦੇ ਹਨ ਕੁਝ ਰੋਟੀ ਕੁਝ ਮੀਟ ਜਾਂ ਮੱਛੀ ਖਾਣਾ ਪਸੰਦ ਕਰਦੇ ਹਨ ਅਸੀਂ ਜਾਣਦੇ ਹਾਂ ਕਿ ਹਰ ਅਪਕਵਾਨ ਇੱਕ ਤੋਂ ਵੱਧ ਤਰ੍ਹਾਂ ਦੀ ਕੱਚੀ ਸਮਗਰੀ ਤੋਂ ਬਣਿਆ ਹੁੰਦਾ ਹੈ ਜੋ ਸਾਨੂੰ ਪੌਦਿਆਂ ਜਾਂ ਜੰਤੂਆਂ ਤੋਂ ਮਿਲਦੀ ਹੈ ਇਸ ਲਈ ਬੱਚਿਓ ਉਹ ਕੱਚੀ ਸਮਗਰੀ ਜਿਸ ਵਿੱਚ ਸਾਡੇ ਸਰੀਰ ਲਈ ਜ਼ਰੂਰੀ ਅੰਸ਼ ਹੋਣ ਉਸ ਨੂੰ ਪੋਸ਼ਕ ਤੱਤ ਕਹਿੰਦੇ ਹਨ ਸਾਡੇ ਭੋਜਨ ਦੇ ਮੁੱਖ ਪੋਸ਼ਕ ਤੱਤ ਹਨ ਕਾਰਬੋਹਾਈਡਰੇਟਸ ਚਰਬੀ ਪ੍ਰੋਟੀਨ ਵਿਟਾਮਿਨ ਖਣਿਜ ਲੂਣ ਰੇਸ਼ੇ ਅਤੇ ਪਾਣੀ ਇਹਨਾਂ ਵਿੱਚੋਂ ਕਾਰਬੋਹਾਈਡਰੇਟਸ ਚਰਬੀ ਪ੍ਰੋਟੀਨ ਅਤੇ ਵਿਟਾਮਿਨ ਮੁੱਖ ਅੰਸ਼ ਹਨ